ਦੱਸੂਗੇ ਸਰ ਇਹ ਜਿਹੜੀਆਂ ਸਕਰੀਨ 'ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਸਮੇਂ ਇਹ ਸੱਤ ਲੋਕ ਧਾਮ ਰੱਤੇਵਾਲ ਤੋਂ ਤੁਸੀਂ ਦੇਖ ਰਹੇ ਹੈ ਧੰਨ ਧੰਨ ਮਹਾਰਾਜ ਪੁਰੀ ਵਾਲਿਆਂ ਦਾ ਅੰਤਮ ਸੰਸਕਾਰ ਜਿਹੜੇ ਕਿ ਕੱਲ੍ਹ ਪ੍ਰਲੋਕ ਸੁਧਾਰ ਗਏ ਸੀਗੇ ਅੱਜ ਉਹਨਾਂ ਦਾ ਇੱਥੇ ਅੰਤਮ ਸੰਸਕਾਰ ਕੀਤਾ ਗਿਆ ਕਿਉਂਕਿ ਬੜੇ ਪਰਖ ਉਪਕਾਰੀ ਸੰਤ ਸਨ ਇਸ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਉਹਨਾਂ ਨੇ ਬਹੁਤ ਸਾਰੇ ਦਾਨ ਲੋੜਵੰਦ ਲੋਕਾਂ ਨੂੰ ਆਪਣੇ ਹੱਥੀਂ ਜਿਹੜੇ ਉਹ ਵੰਡ ਕੇ ਗਏ ਹੈ ਪਰ ਇਸੇ ਦੌਰਾਨ ਹੀ ਉਹ ਪ੍ਰਲੋਕ ਸੁਧਾਰ ਗਏ ਕੱਲ੍ਹ ਪ੍ਰਲੋਕ ਸੁਧਾਰ ਗਏ ਸਨ ਅੱਜ ਉਹਨਾਂ ਦਾ ਇਹ ਅੰਤਮ ਸੰਸਕਾਰ ਇੱਥੇ ਹੀ ਸੱਤ ਲੋਕ ਧਾਮ ਕੁਟੀਆ ਰੱਤੇਵਾਲ ਵਿਖੇ ਕੀਤਾ ਜਾ ਰਿਹਾ ਹੈ ਅਤੇ ਠੀਕ ਹੈ ਅਤੇ ਸਾਡੇ ਨਾਲ ਇਸੇ ਤਰ੍ਹਾਂ ਮਹਾਰਾਜ ਪੁਰੀ ਵਾਲੇ ਜੀ ਉਪਸਥਿਤ ਨੇ ਠੀਕ ਹੈ ਕ੍ਰਿਸ਼ਨ ਆਨੰਦ ਜੀ ਹਾਂਜੀ 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 ਸਾਡੇ ਨਾਲ ਕ੍ਰਿਸ਼ਨ ਆਨੰਦ ਜੀ ਮਹਾਰਾਜ ਪੁਰੀ ਵਾਲੇ ਮੌਜੂਦ ਨੇ ਇਹ ਮਹਾਰਾਜ ਜੀ ਬਾਰੇ ਦੱਸਣਗੇ ਕਿ ਇਹਨਾਂ ਦੀ ਸ਼ਖਸੀਅਤ ਬਾਰੇ ਹਾਂਜੀ ਮਹਾਰਾਜ ਜੀ ਸੰਤਾਂ ਦੀ ਸ਼ਖਸੀਅਤ ਬਾਰੇ ਥੋੜ੍ਹਾ ਦੱਸੋ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਆਸ਼ਰਮ ਦੀ ਬੜੀ ਕਰੜੀ ਸੇਵਾ ਕਰੀ ਮਹਾਰਾਜ ਜੀ ਨੇ ਔਰ ਤਪੱਸਿਆ ਵੀ ਕਰਦੇ ਤੇ ਨਿਤਨੇਮ ਵੀ ਕਰਦੇ ਤੇ ਔਰ ਮਹਾਰਾਜ ਗੁਰੂ ਜੀ ਦੇ ਚੇਲੇ ਉਹਨਾਂ 'ਤੇ ਸੁਨੇਹਾ ਚਲਿਆ ਔਰ ਨਾਮ ਜਪਣ ਨੂੰ ਸਭ ਨੂੰ ਹੀ ਇਹ ਕਿਹਾ ਕਰਦੇ ਤੇ ਭਾਈ ਨਾਮ ਜਪੋ ਨਾਮ ਜਪਣ ਹੀ ਕਲਿਆਣ ਹੋਣਾ ਹੈ
ਇਸੇ ਤਰ੍ਹਾਂ ਸਾਡੇ ਨਾਲ ਇੱਥੇ ਹੋਰ ਸੇਵਾਦਾਰ ਮੌਜੂਦ ਹੈਗੇ ਆ, ਇਹਨਾਂ ਤੋਂ ਵੀ ਜਾਣਦੇ ਹਾਂ। ਹਾਂਜੀ, ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈਗੇ ਆ ਨੇ। ਸਰਪੰਚ ਸਾਹਿਬ, ਥੋੜ੍ਹਾ ਮਹਾਰਾਜ ਜੀ ਦੀ ਸ਼ਖਸੀਅਤ ਅਤੇ ਉਹਨਾਂ ਦੁਆਰਾ ਕੀਤੇ ਹੋਏ ਲੋਕ ਭਲਾਈ ਦੇ ਕਾਰਜਾਂ ਬਾਰੇ ਥੋੜ੍ਹਾ ਜਾਣਕਾਰੀ ਦਿਓ ਜੀ। ਮਹਾਰਾਜ ਜੀ ਨੇ ਆਹ ਕੁਟੀਆ ਵਿੱਚ ਬੜੀ ਸੰਗਤ ਸਾਰੀ ਦੂਰ ਦੂਰ ਤੋਂ ਜੋ ਚੱਲਦੀ ਸੀਗੀ ਬਹੁਤ ਸਾਲਾਂ ਤੋਂ, ਬਹੁਤ ਲੋਕਾਂ ਦਾ ਭਲਾ, ਸਕੂਲ ਵੀ ਖੋਲ੍ਹ ਕੇ ਰੱਖਿਆ, ਗਊਸ਼ਾਲਾ ਵਾਸਤੇ ਵੀ ਹੋਰ ਵੀ ਬਹੁਤ ਯੋਗਦਾਨ ਪਾਉਂਦੇ ਰਹੇ ਆ, ਜਨਤਾ ਨੂੰ ਜੋੜ ਕੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਕਰਦੇ ਰਹੇ। ਬੋਲੋ ਬ੍ਰਹਮਲੀਨ ਸਵਾਮੀ ਗੰਗਾਨੰਦ ਜੀ ਮਹਾਰਾਜ ਕੀ ਜੈ। ਬੋਲੋ ਸਵਾਮੀ ਬ੍ਰਿਦਿਆਨੰਦ ਜੀ ਮਹਾਰਾਜ ਕੀ ਜੈ। ਹਾਂਜੀ ਸਭ, ਇਹ ਦੱਸੋ ਮਹਾਰਾਜ ਜੀ ਦੀ ਸ਼ਖਸੀਅਤ। ਮਹਾਰਾਜਿਆਂ ਦੀ ਸਭ ਤੋਂ ਵੱਡੀ ਸ਼ਖਸੀਅਤ ਹੈ ਕਿ ਧੰਨ ਧੰਨ ਸਤਿਗੁਰੂ ਗੰਗਾਨੰਦ ਭੂਰੀ ਵਾਲੇ ਮਹਾਰਾਜਿਆਂ ਦੇ ਸਰੀਰ ਤੋਂ ਭਰਾ ਸੀਗੇ, ਅਤੇ ਇਹ ਜਿਹੜਾ ਸਥਾਨ ਹੈ ਇਹ ਜੀ ਨੇ ਆਪਣੀ ਹਾਜ਼ਰੀ ਦੇ ਵਿੱਚ ਉਸਾਰਿਆ ਸੀ। ਅਤੇ ਇੱਥੇ ਦੇ ਇਹ ਜਿਸ ਦਿਨ ਤੋਂ ਇੱਥੇ ਆਏ ਇਹਨਾਂ ਨੇ ਇਸ ਧਾਮ ਨੂੰ ਦਿਨ ਰਾਤ ਸੇਵਾ ਕਰਕੇ ਚਾਰ ਚੰਦ ਲਾਏ। ਇਹ ਸਾਡੇ ਭੂਰੀ ਵਾਲੇ ਭੇਖ 'ਚ ਮੁੱਖ ਮਹਾਂਪੁਰਸ਼ਾਂ 'ਚੋਂ ਧੰਨ ਧੰਨ ਸਤਿਗੁਰੂ ਗੰਗਾਨੰਦ ਭੂਰੀ ਵਾਲੇ ਮਹਾਰਾਜ ਜੀ ਹੋਏ ਹੈ। ਅਤੇ ਇਸ ਦੁਆਰਾ ਫਿਰ ਮੈਂ ਤੁਹਾਨੂੰ ਦੱਸਿਆ ਜਾਣਾ ਕਿ ਇਹ ਧੰਨ ਧੰਨ ਸਤਿਗੁਰੂ ਗੰਗਾਨੰਦ ਭੂਰੀ ਵਾਲੇ ਮਹਾਰਾਜ ਜੀ ਦੇ ਸਰੀਰ ਤੋਂ ਭਰਾ ਸੀ, ਪਰ ਇਹਨਾਂ ਨੇ ਜਦੋਂ ਦੇਖਿਆ ਕਿ ਇਸ ਧਾਮ ਦੀ ਕੋਈ ਸੇਵਾ ਯਥਾਯੋਗ ਨਹੀਂ ਚੱਲ ਰਹੀ ਤਾਂ ਇਹਨਾਂ ਨੇ ਘਰ ਤਿਆਗ ਕੇ ਆਪਣੇ ਇੱਥੇ ਡੇਰੇ ਲਾ ਲਏ। ਇਸ ਧਾਮ ਨੂੰ ਉੱਚਾ ਕਰਨ ਵਾਸਤੇ ਇਹਨਾਂ ਨੇ ਦਿਨ ਰਾਤ ਇੱਕ ਕੀਤਾ, ਔਰ ਸਹਿਜੇ ਸਹਿਜੇ ਇੱਕੋ ਸ਼ਬਦ ਲਾਉਣੇ ਹੁੰਦੇ ਸੀ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ। ਇਸ ਸ਼ਬਦ ਦਾ ਭਾਵ ਅਰਥ ਇਹਨਾਂ ਦੇ ਹਿਰਦੇ ਤੋਂ ਇੱਕੋ ਸੀ ਕਿ ਧੰਨ ਧੰਨ ਸਤਿਗੁਰੂ ਗੰਗਾਨੰਦ ਭੂਰੀ ਵਾਲੇ ਇੱਕ ਉਹ ਸ਼ਖਸੀਅਤ ਹੈ ਜਿਹੜੇ ਵਿਛੜਿਆਂ ਨੂੰ ਇਕੱਠੇ ਕਰ ਸਕਦੇ। ਇੱਥੇ ਇਸ ਸੰਸਾਰ 'ਚ ਹੀ ਨਹੀਂ, ਸਤਲੋਕ ਪ੍ਰਲੋਕ 'ਚ ਵੀ ਜਾ ਕੇ ਉਹ ਜੀਵਾਂ ਨੂੰ ਇਕੱਠੇ ਕਰਨਗੇ। ਬੋਲੋ ਬੰਦੀ ਛੋੜ ਭਗਵਾਨ ਕੀ ਜੈ। ਸਤਿਗੁਰ ਬ੍ਰਹਮ ਸਾਗਰ ਭੂਰੀ ਵਾਲੇ ਮਹਾਰਾਜ ਕੀ ਜੈ। ਸਤਿਗੁਰ ਲਾਲ ਦਾਸ ਜੀ ਮਹਾਰਾਜ ਕੀ ਜੈ। ਬ੍ਰਹਮਲੀਨ ਸਵਾਮੀ ਗੰਗਾਨੰਦ ਜੀ ਮਹਾਰਾਜ ਕੀ ਜੈ। ਧੰਨ ਧੰਨ ਸਵਾਮੀ ਵਿਦਿਆਨੰਦ ਜੀ ਮਹਾਰਾਜ ਕੀ ਜੈ। ਬੋਲੋ ਸਤਲੋਕ ਰੱਤੇ ਵਾਲ ਧਾਮ ਕੀ ਜੈ। ਸਤਲੋਕ ਰੱਤੇ ਵਾਲ ਧਾਮ ਕੀ ਜੈ। ਸਤਲੋਕ ਰੱਤੇ ਵਾਲ ਧਾਮ ਕੀ ਜੈ। ਸਤ ਸਾਹਿਬ। ਸਰ, ਸੰਗਤਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਮਹਾਰਾਜ ਜੀ ਦੀ ਕੀ ਸਿਹਤ ਪੱਖੋਂ ਠੀਕ ਨਹੀਂ ਸੀ, ਉਹ ਪਹਿਲਾਂ ਦੇਖਣ 'ਚ ਆਇਆ ਕਿ ਉਹਨਾਂ ਨੇ ਆਪਣੇ ਹੱਥੀਂ ਇਸ ਕਰੋਨਾ ਮਹਾਂਮਾਰੀ ਕਰਕੇ ਲੋਕਾਂ ਨੂੰ, ਲੋੜਵੰਦਾਂ ਨੂੰ ਜਿਹੜਾ ਰਾਸ਼ਨ ਮੁਹੱਈਆ ਆਪਣੇ ਹੱਥੀਂ ਦਾਨ ਕਰਕੇ ਗਏ ਨੇ। ਸਤਿਗੁਰ ਗੰਗਾਨੰਦ ਜੀ ਦੇ ਨਾਂ 'ਤੇ ਇਸ ਧਾਮ 'ਤੇ 500 ਬੰਡਲ ਪਹਿਲੀ ਤਰੀਕ ਨੂੰ ਸ਼ੁਰੂ ਕੀਤੇ ਸੀ, ਜਿਹੜੇ 2 ਦਿਨ 'ਚ ਵੰਡੇ। ਸਰੀਰ ਇਹਨਾਂ ਦੇ ਕੋਈ ਦਿੱਕਤ ਹੈ ਨਹੀਂ ਸੀ। ਕੱਲ੍ਹ ਸੰਗਤ ਹੈ ਜਿਹੜੀ ਇੱਥੇ, ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਕਰੋਨਾ ਦੇ ਕਰਕੇ ਇੱਥੇ ਸੰਗਤ ਤਾਂ ਇਕੱਠੀ ਨਹੀਂ ਸੀ ਕੀਤੀ ਜਾਂਦੀ, ਲੇਕਿਨ ਫਿਰ ਵੀ ਜਿਹੜੇ 4 ਜੀ ਸੀਗੇ ਉਹ ਸੰਧਿਆ ਆਰਤੀ ਕਰਨ ਲੱਗ ਗਏ ਅਤੇ ਇਹ ਆਪਣੇ ਆਰਾਮ ਨਾਲ ਚੌਕੜਾ ਮਾਰ ਕੇ ਬੈਠੇ ਸੀ ਜਦੋਂ ਇਹ ਸਵਾਮੀ ਕ੍ਰਿਸ਼ਨਾਨੰਦ ਜੀ ਨੇ ਉਹਨਾਂ ਦਾ ਸਰੀਰ ਤੋਂ ਸਭ ਤੋਂ ਜ਼ਿਆਦਾ ਇਹਨਾਂ ਨੇ ਸੇਵਾ ਕੀਤੀ ਹੈ। ਅਤੇ ਇਹ ਜਦੋਂ ਮੁੜ ਕੇ ਆਏ ਤਾਂ ਉਹਨਾਂ ਨੇ ਸਵਾਸ ਆਪਣੇ ਪੂਰੇ ਹੋ ਗਏ ਸੀ, ਨਾ ਉਹਨਾਂ ਦੇ ਸਰੀਰ ਨੂੰ ਕੋਈ ਦਿੱਕਤ ਸੀਗੀ, ਨਾ ਕੋਈ ਮਤਲਬ ਸੀ। ਹਾਂ, ਅਸੀਂ 3 ਦਿਨ ਪਹਿਲੇ ਆਏ ਸੀ ਤਾਂ ਸਾਨੂੰ, ਅਸੀਂ ਮੱਥਾ ਟੇਕਣ ਲੱਗੇ ਤਾਂ ਕਹਿੰਦੇ ਭਾਈ ਅਸੀਂ ਹੁਣ ਚਲੇ ਜਾਣਾ, ਸਾਨੂੰ ਇਹ ਨਿਸ਼ਚਿਤਾ ਨਹੀਂ ਦੱਸਿਆ ਹੈ ਕਿ ਕਿਸ ਦਿਨ ਜਾਣਾ, ਲੇਕਿਨ 3 ਦਿਨ ਪਹਿਲੇ 2 ਤਰੀਕ ਨੂੰ ਸਰੀਰ ਕਰਕੇ ਅਸੀਂ ਆਏ ਸੀ।
ਤਾਂ ਉਸ ਦਿਨ ਸਤਿਗੁਰੂ ਕਹਿੰਦੇ, ਸਵਾਮੀ ਮਹਾਰਾਜ ਕਹਿੰਦੇ ਵੀ ਅਸੀਂ ਭਾਈ ਹੁਣ ਚਲੇ ਜਾਣਾ ਹੈ। ਅਤੇ ਆਹੀ ਜਿਹੜੇ ਮਹਾਂਪੁਰਸ਼ਾਂ ਦੀ ਕੋਈ ਮ੍ਰਿਤਿਊ ਨਹੀਂ ਹੁੰਦੀ ਹੈ, ਮਹਾਂਪੁਰਸ਼ ਤਾਂ ਆਪਣੀ ਮੌਜ ਸਰੀਰ ਛੱਡਦੇ, ਮੌਤ ਤਾਂ ਜੀਵਾਂ ਦੀ ਹੁੰਦੀ ਹੈ। ਜਿਹੜੇ ਜੀਵ ਦਿਨ ਰਾਤ ਸਤਿਗੁਰੂ ਗੰਗਾ ਨਾਥ ਜੀ ਦੇ ਚਰਨਾਂ ਜੁੜੇ ਰਹਿਣ। ਸਾਡੇ ਬਾਣੀ ਜਾਂਦਾ ਸ਼ਲੋਕ, ਗਰੀਬ ਜਮ ਜੋ ਰਾਜਾ ਸੇ ਡਰੈ ਧਰਮ ਰਾਏ ਕੇ ਦੂਤ, ਗਰੀਬ ਜਮ ਜੋ ਰਾਜਾ ਸੇ ਡਰੈ ਧਰਮ ਰਾਏ ਕੇ ਦੂਤ, ਚੌਦਾਂ ਕੋਟ ਨ ਚੰਪਾਹੀ ਸੁਣ ਸਤਿਗੁਰ ਕੀ ਕੂਤ, ਗਰੀਬ ਜਮ ਜੋ ਰਾਜਾ ਸੇ ਡਰੈ ਧਰਮ ਰਾਏ ਤਰ ਤੀਰ, ਐਸਾ ਸਤਿਗੁਰ ਏਕ ਹੈ ਅਦਲੀ ਅਦਲ ਕਬੀਰ, ਗਰੀਬ ਜਮ ਜੋ ਰਾਜਾ ਸੇ ਡਰੈ ਮਿਟੇ ਕਰਮ ਕੇ ਅੰਕ, ਕਾਗਜ ਕੀਰੇ ਦਰਗਾਹ ਦੇਈ ਚੌਦਾਂ ਕੋਟ ਨ ਚੰਪ, ਗਰੀਬ ਜਮ ਜੋ ਰਾਜਾ ਸੇ ਡਰੈ ਮਿਟੇ ਕਰਮ ਕੇ ਲੇਖ, ਅਦਲੀ ਅਦਲ ਕਬੀਰ ਹੈ ਕੁਲ ਕੇ ਸਤਿਗੁਰ ਏਕ, ਅਲਲ ਪੰਖ ਅਨੁਰਾਗ ਹੈ ਸੁਨ ਮੰਡਲ ਰਹਿ ਥੀਰ, ਦਾਸ ਗਰੀਬ ਉਧਾਰੇ ਹਾਂ ਸਤਿਗੁਰ ਮਿਲੈ ਖਬੀਰ। ਇਹਨਾਂ ਦੋਹਾਂ ਦੇ ਵਿੱਚ ਧੰਨ ਧੰਨ ਆਚਾਰੀਏ ਜਗਤ ਗੁਰੂ ਬਾਬਾ ਗਰੀਬ ਦਾਸ, ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਲਲਕਾਰ ਕੇ ਕਹਿੰਦੇ ਹੈ ਕਿ ਜਿਹੜਾ ਕੋਈ ਸਾਡੇ ਸ਼ਰਨਾਗਤ ਆ ਜਾਂਦਾ ਉਹਨਾਂ ਨੂੰ ਇਹ ਚੀਜ਼ਾਂ ਦਾ ਕੋਈ ਭੈ ਖਾਣ ਦੀ ਲੋੜ ਨਹੀਂ ਹੈ, ਅਤੇ ਮਹਾਂਪੁਰਸ਼ਾਂ ਦੇ ਕਦੇ ਮ੍ਰਿਤਿਊ ਨਹੀਂ ਹੁੰਦੀ। ਮਹਾਂਪੁਰਸ਼ ਤਾਂ ਆਪਣੀ ਮਰਜ਼ੀ ਨਾਲ ਸੰਸਾਰ 'ਚ ਆਉਂਦੇ ਹੈ, ਆਪਣੀ ਮਰਜ਼ੀ ਨਾਲ ਸਵਾਸ ਪੂਰੇ ਕਰਕੇ ਅੱਗੇ ਚਲੇ ਜਾਂਦੇ। ਇਹ ਮਹਾਰਾਜ ਜੀ ਦੇ ਜਿਹੜੇ ਅੰਤਿਮ ਸੰਸਕਾਰ ਹੈ, ਇਹ ਜਿਹੜਾ ਕਰੋਨਾ ਵਾਇਰਸ ਕਰਕੇ ਥੋੜ੍ਹਾ ਇਤਿਹਾਸ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਧਿਆਨ ਰੱਖਿਆ ਗਿਆ, ਤਾਂ ਇਹ ਜਿਹੜਾ ਕੁਐਸਚਨ ਤੁਸੀਂ ਪੁੱਟ ਕੀਤਾ ਹੈ, ਇਹਦਾ ਨਿਸ਼ਚਿਤ ਸੱਚ ਜਵਾਬ ਇਹ ਹੈ, ਜੇ ਇਹ ਸਮਾਂ ਇੱਦਾਂ ਦਾ ਨਾ ਹੁੰਦਾ ਤਾਂ ਇੱਥੇ ਘੱਟੋ ਘੱਟ 20,000 ਲੋਕਾਂ ਦੀ ਗੈਦਰਿੰਗ ਹੋਣੀ ਸੀ। ਸਵੇਰ ਤੋਂ ਸਾਡੇ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਸੀ ਕਿ ਮੱਥਾ ਟੇਕ ਕੇ ਭਾਈ ਆਪਣੇ ਘਰ ਜਾਓ, ਕਿਉਂਕਿ ਅਸੀਂ ਪ੍ਰਸ਼ਾਸਨ ਨੇ ਸਾਨੂੰ ਗਾਈਡਲਾਈਨਾਂ ਜੋ ਕੀਤੀਆਂ ਅਸੀਂ ਉਹਨਾਂ ਨੂੰ 100% ਫੋਲੋ ਕੀਤਾ। ਜੇ ਇਹ ਸਮਾਂ ਨਾ ਹੁੰਦਾ ਤਾਂ ਇੱਥੇ ਕਮ ਸੇ ਕਮ ਅੱਜ 20,000 ਜੀ ਨੇ ਹੋਣਾ ਸੀਗਾ, ਕਿਉਂਕਿ ਸਤਿਗੁਰੂ ਗੰਗਾ ਨਾਥ ਦੀ ਫੁਲਵਾੜੀ ਬਹੁਤ ਵੱਡੀ ਹੈ, ਔਰ ਇਹ ਜਿਹੜਾ ਧਾਮ ਹੈ ਧੰਨ ਸਤਿਗੁਰੂ ਗੰਗਾ ਨਾਥ ਮਹਾਰਾਜ ਜੀ ਦਾ ਜਨਮ ਭੂਮੀ ਹੈ, ਔਰ ਇਹੀ ਜਨਮ ਭੂਮੀ ਧੰਨ ਧੰਨ ਸਤਿਗੁਰ ਵਿਦਿਆਨੰਦ ਜੀ ਦੀ ਹੈ। ਠੀਕ ਹੈ ਜੀ, ਸਤ ਸਾਹਿ। ਇਹ ਤੁਸੀਂ ਤਸਵੀਰਾਂ ਜਿਹੜੀਆਂ ਦੇਖੀਆਂ, ਅਤੇ ਜਿਸ ਤਰ੍ਹਾਂ ਇਹ ਤਸਵੀਰਾਂ ਸਾਰੀਆਂ ਸਤਲੋਕ ਧਾਮ ਰੱਤੇਵਾਲ ਤੋਂ ਨੇ, ਜਿੱਥੇ ਕਿ ਭੂਰੀ ਵਾਲੇ ਮਹਾਰਾਜ ਜੀ ਆਪਣੀ ਜਿਹੜੀ ਅੰਤਿਮ ਯਾਤਰਾ ਪੂਰੀ ਕਰਦੇ ਹੋਏ 5 ਤੱਤ ਭੌਤਿਕ ਸਰੀਰ ਨੂੰ ਤਿਆਗ ਕੇ ਜਿਹੜੀ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ। ਕਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਹੈ ਪੂਰੇ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਫੈਲੀ ਹੋਈ ਹੈ, ਉਹਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦੀਆਂ ਗਾਈਡਲਾਈਨਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਘੱਟ ਲੋਕਾਂ ਵੱਲੋਂ, ਸੀਮਤ ਸੰਗਤ ਵੱਲੋਂ ਇੱਥੇ ਪਹੁੰਚ ਕੇ ਮਹਾਰਾਜ ਜੀਆਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਹੈ, ਕਿਉਂਕਿ ਮਹਾਰਾਜ ਜੀ ਦੇ ਪਰਉਪਕਾਰ ਬਹੁਤ ਸਾਰੇ ਨੇ ਇਸ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ। ਉਹਨਾਂ ਨੇ ਵੀ ਪਹਿਲਾਂ ਲੋੜਵੰਦਾਂ ਨੂੰ ਆਪਣੇ ਹੱਥੀਂ ਜਿਹੜੇ ਉਹ ਰਾਸ਼ਨ ਅਤੇ ਲੋੜ ਦੀਆਂ ਚੀਜ਼ਾਂ ਉਹ ਵੰਡ ਕੇ ਗਏ ਨੇ, ਬਹੁਤ ਪਰਉਪਕਾਰ ਨੇ ਉਹਨਾਂ ਦੇ ਇਸ ਇਲਾਕੇ ਦੇ ਵਿੱਚ, ਅਤੇ ਇਹਨਾਂ ਨੂੰ ਧਿਆਨ ਵਿੱਚ ਰੱਖ ਅਤੇ ਜਿਸ ਤਰ੍ਹਾਂ ਇਹਨਾਂ ਉਹ ਕੰਮ ਜਿਹੜਾ ਸ਼ੁਰੂ ਕੀਤਾ ਵਾ ਹੈ, ਉਹ ਜਦੋਂ ਤੱਕ ਇਹ ਪ੍ਰੋਬਲਮ ਆਊਗੀ ਪੰਜਾਬ ਵਿੱਚ ਉਦੋਂ ਤੱਕ ਸੰਗਤ ਵੱਲੋਂ ਸਭ ਨੂੰ ਪ੍ਰਬੰਧਕਾਂ ਵੱਲੋਂ ਇਹ ਕਹਿਣ ਹੈ ਕਿ ਜਿਹਨੂੰ ਵੀ ਜ਼ਰੂਰਤਮੰਦ ਹੈ ਉਹ ਸਾਨੂੰ ਸਿਰਫ ਟੈਲੀਫੋਨ 'ਤੇ ਦੱਸਣ, ਇੱਥੇ ਆਉਣ ਦੀ ਲੋੜ ਨਹੀਂ ਹੈ। ਅਸੀਂ ਉਸ ਸਮੱਗਰੀ ਜਿਹੜੀ ਹੈਗੀ ਸੁੱਕੀ ਸਮੱਗਰੀ ਹੈ ਜਿਹਦੇ ਵਿੱਚ ਆਟਾ ਹੈ, ਦਾਲ ਹੈ, ਚੀਨੀ ਹੈ, ਚਾਹ ਪੱਤੀ ਹੈ,
ਹਲਦੀ ਹੈ, ਮਿਰਚਾਂ ਹਨ, ਅਤੇ ਉਹ ਇੱਕ ਬੰਡਲ ਬਣਾ ਬਣਾ ਕੇ ਅਸੀਂ ਉਹਨਾਂ ਦੇ ਘਰ ਪਹੁੰਚਾ ਦੇਵਾਂਗੇ। ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹ ਇਸ ਕੰਟੈਕਟ ਨੰਬਰ ਹੈਗੇ, ਉਹ ਲੈ ਕੇ ਉੱਥੇ ਫੋਨ ਕਰ ਸਕਦੇ, ਆਪਣੀ ਇੱਥੇ ਆਉਣਾ, ਜ਼ਰੂਰਤਮੰਦ ਇੱਥੇ ਫੋਨ ਕਰਨ। ਇਹ ਸਨ ਮਹਾਰਾਜ ਜੀਆਂ ਦੇ ਸੇਵਕ ਭਗਤ, ਇਹ ਸਨ ਸਤਿਗੁਰ ਗੰਗਾਨੰਦ ਜੀ ਦਾ ਸੇਵਕ, ਇਹ ਸਨ ਸਾਡੇ ਨਾਲ ਸਤਿਗੁਰ ਗੰਗਾਨੰਦ ਜੀ ਮਹਾਰਾਜ ਜੀ ਦੇ ਪਰਮ ਸੇਵਕ ਚਰਨਜੀਤ ਭਾਟੀਆ ਜੀ। ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ ਸਮਾਜ ਸੇਵਾ ਦੇ ਵਿੱਚ, ਅਤੇ ਇਹਨਾਂ ਨੇ ਇੱਥੇ ਤੱਕ ਕਿਹਾ ਕਿ ਮਹਾਰਾਜ ਜੀਆਂ ਵੱਲੋਂ ਜਿਹੜੇ ਪਰਉਪਕਾਰ ਦੇ ਕਾਰਜ ਕਰੋਨਾ ਵਾਇਰਸ ਕਰਕੇ ਜਿਹੜੇ ਉਹਨਾਂ ਨੇ ਸ਼ੁਰੂ ਕਰਕੇ ਗਏ ਸੀਗੇ ਉਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ, ਅਤੇ ਇਸੇ ਤਰ੍ਹਾਂ ਇਹ ਤੁਹਾਨੂੰ ਅਸੀਂ ਕੋਸ਼ਿਸ਼ ਕੀਤੀ ਆ ਮਹਾਰਾਜ ਜੀ ਭੂਰੇ ਵਾਲਿਆਂ ਦੇ ਅੰਤਮ ਸੰਸਕਾਰ ਦੀਆਂ ਤਸਵੀਰਾਂ ਦਿਖਾਲਣ ਦੀ, ਕਿਉਂਕਿ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਅਹਤਿਆਤ ਰੱਖੇ ਗਏ ਸੀਗੇ, ਨਹੀਂ ਤਾਂ ਮਹਾਰਾਜ ਜੀ ਦੀ ਜਿੰਨੀ ਸੰਗਤ ਹੈਗੀ ਆ ਤਾਂ ਬਹੁਤ ਸਾਰੇ, ਕਿਉਂਕਿ ਭੰਡਾਰੇ 'ਤੇ ਦੇਖਣ 'ਚ ਆਉਂਦਾ ਕਿ ਇਸ ਇਲਾਕੇ ਦੇ ਵਿੱਚ ਬਹੁਤ ਸਾਰੀ ਸੰਗਤ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚਦੀ ਹੈ, ਅਤੇ ਪਰ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਬਹੁਤ ਸਾਰੀ ਅਹਤਿਆਤ ਰੱਖੀ ਗਈ ਸੀਗੀ ਤਾਂ ਜੋ ਬਹੁਤੀ ਭੀੜ ਨਾ ਹੋਵੇ। ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਸੰਗਤਾਂ ਨੇ ਮਹਾਰਾਜ ਜੀ ਨੂੰ ਅੰਤਿਮ ਜਿਹੜੀ ਵਿਦਾਇਗੀ ਦਿੱਤੀ ਹੈ, ਅਤੇ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤੁਹਾਨੂੰ ਜਿਹੜੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੋਈ ਕਾਰਜ ਕੀਤੇ ਜਾਂਦੇ ਆ, ਚਾਹੇ ਉਹ ਅੰਤਿਮ ਸੰਸਕਾਰ ਹੈਗੇ ਆ ਜਾਂ ਹੋਰ ਵੀ ਰਾਹਤ ਸਮੱਗਰੀ ਦੇ, ਕਿਉਂਕਿ ਇਹਨਾਂ ਮਹਾਰਾਜਾ ਜੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅਤੇ ਅੱਜ ਅਸੀਂ ਮਹਾਰਾਜ ਜੀ ਦੇ ਅੰਤਿਮ ਸੰਸਕਾਰ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਦਿਖਾਲੀਆਂ ਸੀ।